ਔਰ ਖਾਲਸਾ ਵਾਹਿਗੁਰੂ ਫਤਿਹ ਘੋਲ ਨੇ ਆਪਣੇ ਤੇ ਵਿਗਾਨੀਆਂ ਦੀ ਪਛਾਣ ਕਰਾਈ। ਕਿਸਾਨ ਬੀਬੀਆਂ ਨੇ ਸਿਆਸੀ ਪਾਰਟੀਆਂ ਤੋਂ ਬਚ ਕੇ ਰਹਿਣ ਦਾ ਸੁਨੇਹਾ ਦਿੱਤਾ। ਮੈਂ ਸਮਝਦਾ ਇਹ ਬੀਬੀਆਂ ਬੜੀਆਂ ਬੇਸਮਝ ਨੇ, ਬਿਨਾਂ ਸਿਆਸੀ ਪਾਰਟੀਆਂ ਤੋਂ ਇਹ ਦੇਸ਼ ਕਦੇ ਚੱਲ ਸਕਦਾ? ਤੁਹਾਨੂੰ ਸਿਆਸਤ ਆਉਂਦੀ ਨਹੀਂ, ਜਿਹਨਾਂ ਨੂੰ ਆਉਂਦੀ ਹੈ ਉਹ ਸਿਆਸਤ ਖੇਡਣ ਨਾਲ, ਅਤੇ ਇਸ ਕਰਕੇ ਤੁਸੀਂ ਜਾਂਦੀਆਂ ਪਈਆਂ ਵੱਜ ਅੱਗੇ ਬੀਨ ਉਸਤਾਬ ਕਿਸਾਨਾਂ ਦੀਆਂ ਗੱਲਾਂ 'ਚ ਆਈਆਂ ਹੋਈਆਂ। ਇਸ ਕਰਕੇ ਬੀਬੀਓ ਤੁਸੀਂ ਚੱਕੀਆਂ ਰਹੋ, ਇੱਦਾਂ ਦੀਆਂ ਬੇਹੁਦਾ ਗੱਲਾਂ ਨਾ ਕਰਿਆ ਕਰੋ। ਬੇਰੁਜ਼ਗਾਰ ਅਧਿਆਪਕਾਂ ਨੂੰ ਫਿਰ ਮਿਲਿਆ ਭਰੋਸਾ, ਚਲੋ ਚੰਗੀ ਗੱਲ। ਪੰਜਾਬ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 24,699 ਹੋਈ, ਡਾਕਟਰ ਰਾਜੂ। ਇਟਸ ਵੈਰੀ ਗੁੱਡ। ਅਕਾਲੀ ਦਲ ਨੇ ਕਿਸਾਨ ਅੰਦੋਲਨ ਤੇ ਹਮਲਾ ਕੀਤਾ ਢੀਂਡਸਾ, ਬਿਲਕੁਲ ਸਹੀ ਹੈ। ਸਿਮਰ ਦੀ ਨਾਲ ਰਲੀ ਹੋਈ ਹੈ, ਬਾਦਲ ਨਾਲ ਰਲੇ ਦੇ, ਇਹਨਾਂ ਵਰਗਾ ਨਾਲ ਆਇਆ ਖੋਤਾ ਕੌਣ ਹੋਣਾ? ਅਰਜੀਤ ਡਿਡਵਾਲ ਦੇ ਮੋਰਚੇ ਨੂੰ ਟਾਲਾਂ ਦੇ ਦੋਸ਼ ਛੱਡੋ ਤੋਂ ਕੀ ਲੈਣਾ? ਕਾਂਗਰਸ ਨੇ ਕਿਸਾਨਾਂ ਦਾ ਧੋਖਾ ਕੀਤਾ ਮਜੀਠੀਆ, ਇਹਨੂੰ ਤਾਂ ਨਲਾਇਕ ਨੂੰ ਵੱਧ ਘੱਟ ਬੋਲਣ ਤੋਂ ਬਿਨਾਂ ਹੋਰ ਕੰਮ ਨਹੀਂ। ਆਵਟਾਂ ਨਲਾਇਕ ਹੈ। ਕਿਸਾਨਾਂ ਵੱਲੋਂ ਕੈਪਟਨ ਦਾ ਬਿਆਨ ਅੰਦੋਲਨ ਕਰਾ, ਕਿਸਾਨਾਂ ਨੂੰ ਪਤਾ ਹੀ ਨਹੀਂ ਸਿਆਸਤ ਕੀ ਹੁੰਦੀ। ਆਪ ਲੋਕਾਂ ਨਾਲ ਪੰਗੇ ਲੈਂਦੇ ਨੇ, ਲੋਕਾਂ ਦੇ ਰਸਤੇ ਰੋਕਦੇ ਨੇ, ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਜੇ ਕੈਪਟਨ ਨੇ ਕੋਈ ਅਕਲ ਦੀ ਗੱਲ ਕੀਤੀ ਹੈ ਵੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਤਰੀਕੇ ਨਾਲ ਲੜਾਈ ਲੜੋ। ਤੁਹਾਨੂੰ ਨੀਤੀ ਤਾਂ ਆਉਂਦੀ ਨਹੀਂ ਕਿਸਾਨੋ, ਤੁਸੀਂ ਅਨਪੜ੍ਹ ਹੋ ਅਤੇ ਬੇਵਕੂਫ ਹੋ। ਪੰਜਾਬ ਨੂੰ ਕੈਪਟਨ ਨੇ ਸਿੱਧੇ ਢੰਗ ਨਾਲ ਸੰਭਾਲਿਆ, ਤਿਵਾੜੀ। ਹਾਂ, ਜਿਹੜੀ ਗੱਲ ਚੰਗੀ ਚੰਗੀ, ਆਈ ਐਪਰੀਸ਼ੀਏਟ ਕੈਪਟਨ। ਝੋਨੇ ਦੀ ਖਰੀਦ ਦੇ ਰਾਹ 'ਚ ਅੜਿੱਕਾ ਬਣੇਗੀ ਕੇਂਦਰ ਦੀ ਸਖ਼ਤੀ, ਕੇਂਦਰ ਨੂੰ ਫੜ ਕੇ ਲੰਮਾ ਪਾ ਦਿਓ, ਕਹਿਣਾ ਜੈਸੀ ਤੈਸੀ। ਗ੍ਰਿਫਤਾਰੀ ਲਈ ਗਈ ਪੁਲਿਸ ਪਾਰਟੀ ਨਾਲ ਝੜਪ, ਤੇ ਮੁਲਾਜ਼ਮ ਜ਼ਖਮੀ, ਛੱਡੋ ਪਰੇ। ਪਿੰਡ ਵਿੱਚ ਜਥੇਦਾਰ ਵੱਲੋਂ ਘਟਨਾ ਵਿੱਚ ਜਿਹੜਾ ਸਿਰ ਦਾ ਅੱਛਾ, ਬਸ ਬਿਆਨਬਾਜ਼ੀ ਹੈ ਪੱਲੇ ਕੱਖ ਨਹੀਂ ਹੈ। ਸ਼ਹੀਦ ਸੇਖੋਂ ਦੇ ਜੱਦੀ ਪਿੰਡ ਪੁੱਜੇ ਏਅਰ ਮਾਰਸ਼ਲ ਬਿਹਾਰ ਜਾਂ ਕ੍ਰਿਸ਼ਨਾ, ਚਲੋ ਚੰਗੀ ਗੱਲ। ਬੰਗੋਰ ਦੇ ਸ਼ੀਸ਼ੇ ਗੇਟ ਤੇ ਖਾਲਿਸਤਾਨੀ ਨਾਲ ਲੈ ਕੇ, ਇਹ ਕੋਈ ਚੰਗੀ ਗੱਲ ਨਹੀਂ। ਪੀਆਰਟੀਸੀ ਨੂੰ 11 ਕਰੋੜ 'ਚ ਪਈ ਕੱਚੇ ਕੰਮ ਦੀ ਹੜਤਾਲ, ਅਜੇ ਹੜਤਾਲਾਂ ਕਰਨ ਨਾਲ ਬਣਨਾ ਕੁਛ ਨਹੀਂ। ਅਤੇ ਕੈਪਟਨ ਨਾਲ ਬਹਿ ਕੇ ਵੈਸੇ ਹੀ ਪ੍ਰੇਮ ਨਾਲ ਗੱਲ ਕਰ ਲਿਆ ਕਰੋ, ਅਤੇ ਕੈਪਟਨ ਸਾਹਿਬ ਨੂੰ ਵੀ ਕਹਾਂਗਾ ਕਿ ਹੜਤਾਲ ਨਾ ਲਮਕਾਇਆ ਕਰੋ, ਪ੍ਰੇਮ ਬਿਆਨ ਦਾ ਮਸਲੇ ਲਿਖਿਆ ਕਰੋ, ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਉਹ ਕੰਮ ਨਾ ਕਰਿਆ ਕਰੋ। ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਬੜੇ ਪੰਜਾਬ ਦੇ ਸ਼ਾਹੀਵਾਨ, ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ। ਨਸ਼ਾ ਤਸਕਰੀ ਮਾਮਲਾ, ਮਾਂ ਪੁੱਤ ਨਾਲ ਧੱਕਾ ਮੁੱਕੇ ਘੁੱਟਮਾਰ, ਮੈਂ ਇਸ ਘਟੀਆ ਕਾਂਡ ਦੀ ਨਿਖੇਧੀ ਕਰਦਾ। ਵਿਧਾਨ ਸਭਾ ਦਾ ਲੰਬੇ ਪਿਆ ਮੌਨਸੂਨ ਇਜਲਾਸ, ਸਦੇ ਸਰਕਾਰ, ਇਹ ਤਾਂ ਪਤਾ ਹੈ ਸਿਆਸੀ ਘਟੀਆ ਇਨਸਾਨ। ਪਾਕਿਸਤਾਨੀ ਮੁਸ਼ੇਰੇ ਦੀ ਲਾਸ਼ ਵਧਣ ਭੇਜੀ, ਸਿਖਲਾਈ ਕੋਰਸ ਦੇ ਮੰਗੇ 5,000 ਦੀ, ਜੋ ਕਿ ਗਲਤ ਗੱਲ ਹੈ। ਕੋਲ ਨੇ ਆਪਣੇ ਅੱਗੇ ਖਬਰ ਆ ਰਹੀ ਹੈ, ਸਿਰਫ ਰਜਿੰਦਰ ਬਾਜਵਾ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ, ਕੋਈ ਫਾਇਦਾ ਨਹੀਂ ਮੁਲਾਕਾਤ ਨਾਲ। ਫਸਲ ਰਹਿੰਦ ਖੂੰਹਦ ਦੇ ਪ੍ਰਬੰਧਨ ਤਹਿਤ 35,970 ਮਸ਼ੀਨਾਂ ਹੋਣਗੀਆਂ, ਜੋ ਚੰਗੀ ਗੱਲ ਹੈ। ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ NABH ਵੱਲੋਂ ਮਾਨਤਾ, ਅੱਛੀ ਗੱਲ ਹੈ। ਇਮਾਨਦਾਰੀ ਅਤੇ ਭਗਤ ਪੂਰਨ ਸਿੰਘ ਅਵਾਰਡਾਂ ਲਈ ਸ਼ਸ਼ੀ ਧਾਰਨ, ਆਈ ਐਪਰੀਸ਼ੀਏਟ। ਫਰੀਡਮ ਫਾਈਟਰ ਜਥੇਬੰਦੀ ਦਾ ਵਫ਼ਦ ਲਾਲ ਸਿੰਘ ਬਣਿਆ, ਵੈਰੀ ਗੁੱਡ। ਸ਼੍ਰੋਮਣੀ ਕਮੇਟੀ ਚੋਣਾਂ ਨਾ ਹੋਣ ਲਈ ਕੇਂਦਰ ਸਰਕਾਰ ਧੰਨਵਾਦ, ਕਿਉਂਕਿ ਜਿਹੜਾ ਮੋਦੀ ਕਾਲਿਆਂ ਨਾਲ ਰਲਿਆ ਹੈ, ਕਾਲੀ ਮੂਰਖ ਅਤੇ ਮੋਦੀ ਮੂਰਖ। ਮੋਰੇ ਆਰਮੀ ਨੇ ਚੰਬੇ, ਰਾਜਕੋਟ ਅਤੇ ਜਾਮਨਗਰ, ਸੋ ਇਟਸ ਵੈਰੀ ਬੈਡ। ਕੋਰੋਨਾ ਦੇ ਹੋਰ ਕੇਸ ਵੱਧ ਗਏ ਨੇ, ਬੜੀ ਦੁੱਖ ਦੀ ਗੱਲ। ਗੁਜਰਾਤ ਦੇ ਵਿਕਾਸ ਮਾਡਲ ਦਾ ਦੁਬਾਰਾ ਫਟਿਆ, ਪੜ੍ਹਨਾ ਵੀ ਚਾਹੀਦਾ ਸੀ, ਉਹ ਮੋਦੀ ਘਟਿਆ ਆਦਮੀ। ਵੱਡਾ ਗਲੂਕਾਰਾ ਯਾਦਗਾਰ ਦੀ ਹਾਲਤ ਮਾੜੀ, ਮੈਂ ਕੈਪਟਨ ਸਾਹਿਬ ਕਹਾਂਗਾ ਮੈਨੂੰ ਸੁਧਾਰਨ। ਮੀਂਹ ਕਾਰਨ ਸਾਨੀਆਂ ਫਸਲਾਂ ਲਈ ਮੁਆਵਜ਼ਾ ਮੰਗਿਆ, ਕੈਪਟਨ ਸਾਹਿਬ ਦੇਣਾ ਚਾਹੀਦਾ। ਝਗੜੇ ਮਗਰੋਂ ਪ੍ਰੇਮੀ ਨੇ ਜ਼ਹਿਰ ਖਾਧਾ, ਇਲਾਜ ਦੌਰਾਨ ਮੌਤ, ਕੈਪਟਨ ਸਾਹਿਬ ਇੱਧਰ ਧਿਆਨ ਦੇ। ਮੰਤਰੀ ਆਸ਼ੂ ਨੂੰ ਟੱਕਰ ਦੇਣਗੇ ਦੋ ਵਕੀਲ, ਇਹ ਆਸ਼ੂ ਹੈ ਹੀ ਘਟੀਆ ਇਨਸਾਨ, ਇਹਨੂੰ ਟੱਕਰ ਮਿਲਣੀ ਚਾਹੀਦੀ।
ਕਾਰਾਗੜੀ ਜੰਗ ਸ਼ਹੀਦ ਈਸ਼ਰ ਸਿੰਘ ਨੂੰ ਸ਼ਰਧਾਂਜਲੀ ਆ, ਮੈਂ ਵੀ ਸ਼ਰਧਾਂਜਲੀ ਪੇਸ਼ ਕਰਦਾ ਹਾਂ। ਬਜ਼ੁਰਗਾਂ ਨੂੰ ਪੈਨਸ਼ਨਾਂ ਦੇ ਪੱਤਰ ਵੰਡੇ, ਇਟਸ ਵੈਰੀ ਗੁੱਡ। ਮਹਿਫਿਲ ਅਜ਼ੀਜ਼ ਦੀ ਕਤਰਤਾ ਕਾਰਾਗੜ ਦੀ ਸ਼ਹੀਦਾਂ ਨੂੰ ਸਵਾਗਤ, ਇਟਸ ਵੈਰੀ ਗੁੱਡ। ਮੇਰਾ ਖਿਆਲ ਹੈ ਇੰਨੀਆਂ ਖ਼ਬਰਾਂ ਕਾਫ਼ੀ ਨੇ। ਮੈਂ ਇਹਦੇ ਨਾਲ ਹੀ ਸਤਿ ਸ਼੍ਰੀ ਅਕਾਲ ਬਣਾਉਣਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।